ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਵਿਜੀਲੈਂਸ ਦੀ ਟੀਮ ਵੱਲੋਂ ਪਰਮਿੰਦਰ ਸਿੰਘ ਡੀਐਸਪੀ ਵਿਜੀਲੈਂਸ ਸੰਗਰੂਰ ਦੀ ਅਗਵਾਈ ਵਿੱਚ ਮੂਨ ਖਲਕੇ ਦੇ ਗੁਰਵਿੰਦਰ ਸਿੰਘ ਕਾਨੂਗੋ ਹਲਕਾ ਮੰਡਵੀ ਨੂੰ ਵਿਜੀਲੈਂਸ ਟੀਮ ਵੱਲੋਂ 10,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਸ਼ਿਕਾਇਤਕਰਤਾ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਘਰਾਵਾਲਾ ਖੇਤਰ ਨਗਰ ਪੰਚਾਇਤ ਤੋਂ ਬਾਹਰ ਹੋਣ ਕਾਰਨ ਸਹੂਲਤਾਂ ਨਾ ਮਿਲਣ ਲਈ ਬੇਨਤੀ ਨਗਰ ਪੰਚਾਇਤ ਮੂਨਕ ਨੂੰ ਕੀਤੀ। ਉਹਨਾਂ ਵੱਲੋਂ ਤਹਿਸੀਲਦਾਰ ਮੂਨਕ ਨੂੰ ਇਸ ਬਾਰੇ ਲਿਖਿਆ ਅਤੇ ਤਹਿਸੀਲਦਾਰ ਵੱਲੋਂ ਅੱਗੇ ਉਕਤ ਕਾਨੂਗੋ ਨੂੰ ਹੱਦਬੰਦੀ ਕਰਨ ਲਈ ਡਿਊਟੀ ਲਗਾਈ ਸੀ। ਉਕਤ ਕਥਿਤ ਕਾਨੂਗੋ ਨਗਰ ਪੰਚਾਇਤ ਵੱਲੋਂ ਹੱਦਬੰਦੀ ਸਹੀ ਕਰਨ ਲਈ ਆਨਾਕਾਨੀ ਕਰ ਰਿਹਾ ਸੀ ਅਤੇ ਸ਼ਿਕਾਇਤਕਰਤਾ ਤੋਂ 25,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ, ਪਰੰਤੂ ਸ਼ਿਕਾਇਤਕਰਤਾ ਨੇ ਇਸ ਕਾਨੂਗੋ ਨਾਲ ਸੰਪਰਕ ਕਰਕੇ 20,000 ਰੁਪਏ ਦੀ ਸੈਟਿੰਗ ਕਰ ਲਈ, ਜਿਸ ਵਿੱਚ 10,000 12 ਅਪ੍ਰੈਲ ਨੂੰ ਮਿਣਤੀ ਕਰਨ ਸਮੇਂ ਦਿੱਤੇ ਸਨ ਅਤੇ 10,000 ਰੁਪਏ ਅੱਜ ਵਿਜੀਲੈਂਸ ਦੀ ਟੀਮ ਦੀ ਹਾਜ਼ਰੀ ਵਿੱਚ ਦਿੱਤੇ ਅਤੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਸ ਮੌਕੇ ਤੇ ਅਧਿਕਾਰੀਆਂ ਨੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕੀਤਾ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖ਼ਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖ਼ਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਤਰਸੇਮ ਸਿੰਘ ਜੀ, ਜਿਹੜਾ ਤੁਹਾਨੂੰ ਇਹ ਕੰਨਗੋ ਅਰੈਸਟ ਕਰਵਾਇਆ ਹੈ, ਕੀ ਗੱਲਬਾਤ ਹੋਈ ਸੀ ਸਾਰੀ? ਜੀ, ਮੈਂ ਮੂਨਕ ਹਦੂਦ ਦੀ ਨਿਸ਼ਾਨਦੇਹੀ ਕਰਾਉਣੀ ਸੀ। ਇਹਨੇ ਮੇਰੇ ਤੋਂ 25,000 ਰੁਪਇਆ ਮੰਗਿਆ ਅਤੇ 20,000 'ਚ ਇਹਨੇ ਫਾਈਨਲ ਕੀਤੀ ਮੇਰੇ ਨਾਲ। ਫਿਰ ਇਹਨੇ ਮਾਲੇ ਨਿਸ਼ਾਨਦੇਹੀ ਕੀਤੀ, ਇਹਨੇ ਰਿਸ਼ਵਤ ਦੇ ਤੌਰ 'ਤੇ ਪੈਸੇ ਲਿੱਤੇ ਸੀ ਮੇਰੇ ਕੋਲ। ਕਦੋਂ ਤੁਹਾਡੇ ਵੱਲੋਂ ਬਿਜ਼ਨਸ ਨੂੰ ਸ਼ਿਕਾਇਤ ਕੀਤੀ ਗਈ ਸੀ? ਪਰਸੋਂ ਕੀਤੀ ਗਈ। ਹੁਣ ਕੀ ਤੁਹਾਨੂੰ ਦੱਸਿਆ ਗਿਆ ਬਿਜ਼ਨਸ ਬਾਰੇ? ਰਿਸ਼ਵਤ ਸਜ਼ਾ ਮਿਲੇ ਜੀ ਆਪਦੀ, ਹੈਂ, ਰਿਸ਼ਵਤ ਹੋਰਾਂ ਨੂੰ ਵਧੀਆ ਸਜ਼ਾ ਮਿਲੇ। ਕਿੰਨੇ ਪੈਸੇ ਸਮੇਤ ਕਾਬੂ ਕੀਤਾ ਗਿਆ ਜੀ? 10,000 ਇਹਨੂੰ ਕੱਲ੍ਹ ਦਿੱਤੇ ਸੀ, ਰਿਕਾਰਡਿੰਗ ਕੀਤੀ ਹੈ ਜੀ, 10,000 ਰੁਪਈਆ ਅੱਜ ਹੱਥ ਦਬਾਏ ਨੇ ਇਹਦੇ ਰੰਗੇ ਹੱਥੀਂ ਫੜਿਆ।